7 ਜੁਲਾਈ ਨੂੰ ਮੇਰਾ ਜਨਮ ਦਿਨ ਹੁੰਦਾ ਹੈ। ਉਹਦੇ ਸਬੰਧ ਵਿੱਚ ਕਈ ਵੀਰਾਂ ਨੇ ਪੋਸਟਾਂ ਪਾਤੀਆਂ, ਇੱਕ ਦੋ ਨੇ ਕਵਤਾ गाਤੀਆਂ। ਜਿਸ ਕਾਰਨ ਸਾਰੇ ਪਾਸੇ ਪਤਾ ਲੱਗ ਗਿਆ, ਬੜੇ ਫੋਨ ਆਏ ਆ। ਅਸੀਂ ਜੀ 7 ਜੁਲਾਈ ਨੂੰ ਪਰਮੇਸ਼ਰਦوار ਆਉਣਾ ਚਾਹੁੰਦੇ ਆ। ਇੱਥੇ ਆ ਕੇ ਸੈਲੀਬ੍ਰੇਟ ਕਰਨਾ ਚਾਹੁੰਦੇ ਆ। ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਪ੍ਰਸ਼ਾਸਨ ਵੱਲੋਂ ਅਜੇ 50 ਬੰਦਿਆਂ ਨੂੰ ਹੀ ਆਉਣ ਦੀ ਪਰਮਿਸ਼ਨ ਹੈ। ਤੇ ਆਪ ਸਾਰਿਆਂ ਨੂੰ ਅਰਜ ਕਰਨੀ ਹੈ ਕਿ ਆਪਾਂ 11 ਤੋਂ ਲੈ ਕੇ 12 ਵਜੇ ਤੱਕ ਸਵੇਰੇ ਕੀਰਤਨ ਕਰਾਂਗੇ ਅਰਦਾਸ ਹੋਏਗੀ ਹੁਕਮਨਾਮੇ ਹੋਣਗੇ ਘਰ ਚ ਬਹਿ ਕੇ ਆਪ ਜੀ ਸੁਣ ਲਿਓ ਪਾਰਟੀ ਆਪੋ ਆਪਣੀ ਕਰ ਲਿਓ ਪਰ ਪਰਮੇਸ਼ਰ ਦਵਾਰ ਆਉਣ ਦੀ ਜੇ ਖੇਚਲ ਨਾ ਕਰਿਓ ਇਹ ਆਪ ਜੀ ਨੂੰ ਬੇਨਤੀ ਹੈ ਦੂਜੀ ਬੇਨਤੀ ਇਹ ਹੈ ਕਿ 4 ਕੁ ਮਹੀਨੇ ਤੋਂ ਲੰਗਰ ਲਗਾਤਾਰ 24 ਘੰਟੇ ਚੱਲ ਰਿਹਾ ਪਰ ਗੁਰਦੁਆਰਾ ਸਾਹਿਬ ਤਿੰਨ ਕੁ ਮਹੀਨੇ ਤੋਂ ਬੰਦ ਚੱਲ ਰਿਹਾ ਸੀ ਹੁਣ ਗੁਰਦੁਆਰਾ ਸਾਹਿਬ 7 ਜੁਲਾਈ ਤੋਂ ਬਾਅਦ ਖੋਲ ਦਿੱਤਾ ਜਾਏਗਾ ਨਮਸਕਾਰ ਕਰਨ ਵਾਲੇ ਨਮਸਕਾਰ ਕਰਨ ਲੰਗਰ ਚੱਲਦਾ ਹੀ ਹੈ ਜਿਹੜੇ ਦੀਵਾਨਾ ਵਿੱਚ ਆਉਣਾ ਚਾਹੁੰਦੇ ਆ ਪ੍ਰੋਗਰਾਮ ਵੀਕਐਂਡ ਤੇ ਹੁੰਦਾ ਹੀ ਹੈ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਟਾਈਮ ਹੁੰਦਾ 7 ਤੋਂ 9 ਉਹ ਭਾਈ ਸਤਨਾਮ ਸਿੰਘ ਜਾਂ ਕੁਲਦੀਪ ਸਿੰਘ ਇਹਨਾਂ ਦੇ ਨੰਬਰ ਦਿੱਤੇ ਗਏ ਆ ਸਕਰੀਨ ਤੇ ਸੰਪਰਕ ਕਰਕੇ ਟਾਈਮ ਲੈ ਕੇ ਦਵਾਨ ਵਿੱਚ ਆਉਣ ਲਈ ਆਪ ਆ ਸਕਦੇ ਹੋ ਉਹਦੇ ਵਿੱਚ ਵੀ ਅਸੀਂ ਜਿੰਨੇ ਕੁ ਬੰਦਿਆਂ ਨੂੰ 50 ਕਿੱਦੀ ਹਜੇ ਪਰਮਿਸ਼ਨ ਹੈ ਫਿਰ 100 ਦੀ ਹੋ ਜਾਏਗੀ ਫਿਰ 200 ਦੀ ਹੋ ਜਾਏਗੀ ਜਿੰਨੂੰ ਜਿੰਨੂੰ ਟਾਈਮ ਦਿੱਤਾ ਜਾਵੇ ਉਹੀ ਆਵੇ ਟਾਈਮ ਦਿੱਤੇ ਤੋਂ ਬਿਨਾ ਜੇ ਕੋਈ ਆ ਗਿਆ ਉਹਨਾਂ ਨੇ ਅੰਦਰ ਨਹੀਂ ਜਾਣ ਦੇਣਾ ਜਿਸ ਕਰਕੇ ਆਪ ਸਭ ਨੂੰ ਪ੍ਰੋਬਲਮ ਹੋ ਸਕਦੀ ਹੈ ਬੇਨਤੀ ਹੈ ਟਾਈਮ ਲੈ ਕੇ ਫੋਨ ਕਰਕੇ ਦੱਸੋ ਅਸੀਂ 5 ਜਣੇ ਆਵਾਂਗੇ ਅਸੀਂ 10 ਆਉਣਾ ਅਸੀਂ 2 ਜਣਿਆਂ ਨੇ ਆਉਣਾ ਉਹ ਆਪਣਾ ਆਪਣਾ ਟਾਈਮ ਲੈ ਕੇ ਕਿਸੇ ਨੂੰ ਸ਼ੁੱਕਰਵਾਰ ਟਾਈਮ ਮਿਲ ਜਾਏਗਾ ਕਿਸੇ ਨੂੰ ਸ਼ਨੀਵਾਰ ਮਿਲੇਗਾ ਕਿਸੇ ਨੂੰ ਐਤਵਾਰ ਮਿਲੇਗਾ ਅਗਲੇ ਵੀਕਐਂਡ ਤੇ ਉਸ ਤੋਂ ਅੱਗੇ ਮਹੀਨੇ ਬਾਅਦ ਜਦੋਂ ਵੀ ਟਾਈਮ ਮਿਲਦਾ ਹੈ ਜਿਹੜਾ ਦੀਵਾਨ ਹੈ ਉਹਦੇ ਵਿੱਚ ਆਓ 1 ਘੰਟਾ ਪਹਿਲਾਂ ਆ ਜਾਓ 7 ਵਜੇ ਦੀਵਾਨ ਸ਼ੁਰੂ ਹੁੰਦਾ 6 ਵਜੇ ਆ ਜਾਓ 5 ਵਜੇ ਆ ਜਾਓ ਤੇ ਪ੍ਰੋਪਰ ਟਾਈਮ ਲੈ ਕੇ ਫਿਰ ਆਪ ਜੀ ਆਓ ਵਾਰੀ ਵਾਰੀ ਸਿਰ ਜਿਵੇਂ ਜਿਵੇਂ ਖੁੱਲਦਾ ਜਾਏਗਾ 100 ਇਕੱਠਾ ਹੋ ਸਕੇਗਾ ਪਰ 100 ਨੂੰ ਬੁਲਾਵਾਂਗੇ ਜਦੋਂ 1000 ਦੀ ਪਰਮਿਸ਼ਨ ਮਿਲ ਜਾਏਗੀ ਫਿਰ 1000 ਸ਼ੁੱਕਰਵਾਰ 1000 ਸੰਗਤ ਸ਼ਨੀਵਾਰ 1000 ਸੰਗਤ ਐਤਵਾਰ ਆ ਸਕਦੀ ਹੈ ਟਾਈਮ ਲੈ ਬਿਨੇ ਨਾ ਬਿਨਾ ਨਾ ਆਇਓ ਇਹ ਆਪ ਸਾਰਿਆਂ ਨੂੰ ਜ਼ਰੂਰੀ ਬੇਨਤੀ ਹੈ ਤੇ 7 ਜੁਲਾਈ ਨੂੰ ਆਪ ਸਾਰਿਆਂ ਨੂੰ ਫਿਰ ਮੈਂ ਅਰਜ਼ ਕਰਦਾ ਕਿ ਘਰਾਂ ਵਿੱਚ ਬੈਠ ਕੇ ਹੀ ਆਪਜੀ ਪ੍ਰੋਗਰਾਮ ਵੇਖਿਓ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਖੁਸ਼ ਰਹੋ ਖੇੜੇ ਰਹੋ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਮੈਂ ਜੇ ਕਹਾਂ ਵੀ ਚੜ੍ਹਦੀ ਕਲਾ 'ਚ ਰਹੋ ਇਹ ਤੇ ਮੈਂ ਸਭ ਨੂੰ ਹੀ ਕਹਿਣਾ ਰੋ ਸਾਰੇ ਚੜ੍ਹਦੀ ਕਲਾ 'ਚ ਰਹਿਣ ਮੈਂ ਤੇ ਇਹੀ ਚਾਹੁੰਨਾ ਪਰ ਚੜ੍ਹਦੀ ਕਲਾ 'ਚ ਤਾਂ ਰਹੋਗੇ ਜੇ ਰਹਿਣਾ ਚਾਹੋਗੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਐਂਦਾ ਕਹਿਣਾ ਮੈਂ ਖੁਸ਼ ਰਹਿਣਾ ਮੈਂ ਚੜ੍ਹਦੀ ਕਲਾ 'ਚ ਰਹਿਣਾ ਮੈਂ ਖਿੜਿਆ ਖਿੜਿਆ ਹੀ ਰਹਿਣਾ ਐਂਦਾ ਆਪਣੇ ਆਪ ਨੂੰ ਕਾਇਮ ਰੱਖੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ